विजिलेंस विभाग की टीम ने पिंड छाजलां के सबका सरपंच कोलों किसी पुराने केस नूं खत्म करने लिए 25,000 रुपए की रिश्वत लेंदे हुए पटवारी ते डीडीपीओ नूं रंगे हत्थी काबू किया। दस दईए कि मामला पिंड गोविंदगढ़ जेजियां दे एक छप्पड़ दी बोली नूं लैके सी, जिस दे मामले विच पहले FIR भी हुई सी ते फिर लिखित राजीनामा होण दे चलदे मामला खत्म हो गया सी, पर डीडीपीओ ने केस खारिज नहीं किया। साबका सरपंच जगसीर सिंह ने दसिया कि जदों इस मामले विच उन्होंने DDP दे नाल गल कीती तां उन्होंने केस खत्म करन दे लई पटवारी दे नाल गल करन लई कहा, ते उस तों बाद जदों उन्होंने पटवारी दे नाल गल कीती तां पटवारी जगसीर सिंह ने उन्होंने कोलों 25,000 रुपए रिश्वत की मांग की, जिस दे चलदे विजिलेंस टीम वालों ट्रैप लगा के 25,000 की रिश्वत लेंदे हुए पटवारी जगसीर सिंह नूं सरकारी गवाह की मौजूदगी विच रंगे हत्थी काबू कर लिया गया। इस मामले विच जदों विजिलेंस इंस्पैक्टर सुदर्शन सिंह दे नाल गल कीती गई तां उन्होंने दस्सिया कि गोविंदगढ़ जेजियां दे छप्पड़ दा पुराना मामला सी, जिस नूं निपटाउण दे लई पटवारी जगसीर सिंह ने DDPO परमजीत दे नाल मिल के साबका सरपंच कोलों पैसे मंगे सी। इस मामले विच विजिलेंस इंस्पैक्टर सुदर्शन सिंह ने दस्सिया कि पटवारी ते DDPO नूं गिरफ्तार करके मामला दर्ज कर लिया गया। इस मामले विच जदों पटवारी जगसीर सिंह नाल गल करन दी कोशिश कीती गई तां उन्होंने DDPO ते इल्जाम लगांदे हुए कहा कि इस केस नूं खत्म करन वास्ते उन्हां नूं फोर्स कीता जा रिहा सी ते DDPO वल्लों ही उन्हां नूं साबका सरपंच कोलों पैसे दी मंग करन दी कहा गया सी। तुसीं वी देखो इह पूरी रिपोर्ट। की नाम है जी? जगसीर सिंह पटवारी है जी। जगसीर सिंह, की मैटर सीगा? देखो जी, मेरी DDPO दफ्तर ड्यूटी हैगी 2 दिनों वास्ते, इत्थे मैं आउणा इत्थे ना केस सीगे 2 साइले दे चलदे ते ਕੀ ਕਹਿ ਚੱਲਦੇ ਉਹ ਬੋਲ ਛੱਪੜ ਦੀ ਬੋਲੀ ਰੱਦ ਕਰਾਉਣੀ ਸੀਗੀ ਜਾਇਦ ਦੀ। ਅੱਛਾ। ਅਤੇ ਉਹ ਸਾਹਿਬ ਨਾਲ ਗੱਲ ਹੋ ਗਈ, ਉਹ ਕਹਿੰਦੇ ਵੀ ਇੱਕ ਬੰਦਾ ਤਾਂ ਲਿਖ ਕੇ ਦੇ ਗਿਆ ਜੀ, ਬੰਦਾ ਜਿਹੜਾ ਬੰਨੇ ਉਹਦੀ ਵੀ ਕੇਸ ਵਾਪਸ ਲੈਣਾ ਗਾ ਜੀ, ਵੀ ਇੱਕ ਪੰਚਾਇਤ ਦੇ ਹੱਕ 'ਚ ਉਹ ਹੱਕ 'ਚ ਕਰਾਉਣਾ ਦੀ ਇੱਕ ਕੇਸ ਵਾਪਸ ਲੈਣਾ ਦੀ। ਅਤੇ DDPO ਸਾਹਿਬ ਨਾਲ ਗੱਲ ਕਰ ਲਈ ਵੀ ਤੁਸੀਂ ਦੱਸੋ ਵੀ ਇੰਨੇ, DDPO ਸਾਹਿਬ ਕਹਿੰਦੇ ਵੀ ਤੂੰ ਜਿਵੇਂ ਮਰਜ਼ੀ ਕਰ ਲਾ, ਵੀ ਮੈਂ ਕਰ ਦੂੰਗਾ ਫੈਸਲਾ, ਵੀ ਉਹਨਾਂ ਨਾਲ ਗੱਲ ਕਰ ਲਾ। ਅਤੇ ਮੈਂ ਕਿਹਾ ਵੀ ਤੁਸੀਂ ਦੱਸੋ ਜੀ ਕਿੰਨੇ, ਉਹ ਕਹਿੰਦੇ ਵੀ ਜਿਵੇਂ ਤੂੰ ਕਰਿਆ ਕਰ ਲਾ, ਵੀ ਧੱਕੇ ਨਾਲ ਜਦੋਂ ਕੰਮ ਕਰਾਉਂਦੇ ਪਹਿਲੀ ਕਹਿੰਦਾ ਮੇਰੀ ਡਿਊਟੀ ਉੱਥੇ ਆ ਜੀ, ਮੈਨੂੰ ਉਹਦੇ 2 ਦਿਨਾਂ ਬਾਅਦ ਧੱਕੇ ਨਾਲ ਵੀ ਡਿਊਟੀ ਲਾਈ ਹੋਈ ਹੈਗੀ, ਫਿਰ ਧੱਕੇ ਨਾਲ ਇਹੋ ਜਿਹੇ ਕੰਮ ਕਰਾਉਂਦੇ, ਜੇ ਨਹੀਂ ਕਰਦੇ ਤਾਂ ਇਹ ਫੋਰਸਲੀ ਕਹਿੰਦੇ ਨੇ ਵੀ ਉਹ ਕਰ। ਜਦੋਂ ਮੈਨੂੰ ਕਹਿਤਾ ਵੀ ਤੂੰ ਕਰ, ਫਿਰ ਮੈਨੂੰ ਮਜ਼ਬੂਰੀ ਵਾਸਤੇ ਉਹਦੇ ਨਾਲ ਗੱਲ ਕਰਨੀ ਪੈਗੀ ਉਹ ਬੰਦੇ ਨਾਲ, ਸਰਪੰਚ ਨਾਲ। ਸਰਪੰਚ ਨੂੰ ਕਹਿਤਾ, ਸਰਪੰਚ ਕਹਿੰਦਾ ਵੀ ਮੈਂ ਤਾਂ ਇੰਨੇ ਕੁ ਪੈਸੇ ਦੇ ਦਾਂ। ਮੈਂ ਕਹਿੰਦਾ ਵੀ ਚਲੋ ਵੀ 25,000 ਮੈਂ ਤੇਰੀ ਗੱਲ ਕਰਾ ਦੂੰਗਾ, ਵੀ ਉਹ ਪੈਸੇ ਸਿਰਫ DDPO ਸਾਹਿਬ ਵਾਸਤੇ ਮੰਗੇ ਤੇ ਮੇਰਾ ਉਹ 'ਚ ਕੋਈ ਉਹ ਲੱਗਾ ਦੇਗਾ ਨਹੀਂ, ਨਾ ਹੀ ਮੇਰਾ ਉਹ 'ਚ ਕੋਈ ਹਿੱਸਾ ਗਾ। ਫੋਨ 'ਤੇ ਮੈਂ ਉਹਨਾਂ ਨਾਲ ਸਿੱਧੀ ਗੱਲ ਕਹਿਤੀ ਵੀ ਹਾਂ ਸਰ 25,000 ਰੁਪਇਆ ਸਰਪੰਚ ਦੇ ਗਿਆ ਜੀ, ਆਹ ਤੁਹਾਡੇ ਪੈਸੇ ਨੇ ਦੱਸੋ ਤਾਂ ਮੈਂ ਤੁਹਾਨੂੰ ਫੜਾ ਜਾਂ। ਅਤੇ ਇੰਨਾ ਕਹਿ ਕਹੂੰਗਾ ਵੀ ਚੱਲ ਤੂੰ ਆਪਦੇ ਕੋਲ ਰੱਖ ਲਾ ਜਿਵੇਂ ਕਹੇਗਾ ਦਫ਼ਤਰ ਆ ਜੇ ਪਕੜ ਲਾਂਗੇ, ਉਦੋਂ ਕਹਿ ਕੇ ਫੋਨ ਕੱਟ ਗਏ। ਇਸ ਤਰ੍ਹਾਂ ਜੀ, ਜਗਸੀਰ ਸਿੰਘ ਸੀ ਸਾਡੇ ਮਦਈ, ਉਹਨਾਂ ਦਾ ਗੋਬਿੰਦਗੜ੍ਹ ਜੇਜੀਆਂ ਦੇ ਵਿੱਚ ਨਾ ਉਹਨਾਂ ਨੇ ਮੱਛੀ ਪਾਲਣ ਵਾਸਤੇ ਨਾ ਛੱਪੜ ਠੇਕੇ ਦੇ ਲਏ ਸੀ 52,000 ਰੁਪਏ ਅਗਲੇ ਸਾਲਾਂ ਲਈ। ਉਹਦੇ ਵਿੱਚ ਕੁਛ ਮਤਲਬ ਉਹਦੇ ਪਿੰਡ ਦੇ ਲੋਕਾਂ ਨੇ ਕੋਈ ਓਬਜੈਕਸ਼ਨ ਕਰਤਾ ਵੀ ਪਾਣੀ ਦੀ ਨਿਕਾਸੀ ਹੈ ਜਿਹੜੀ ਉਹ ਪ੍ਰੋਪਰ ਨਹੀਂ ਹੋ। ਉਹਨਾਂ ਨੇ DDOP ਦਫ਼ਤਰ ਜਿਹੜਾ ਹੈ ਮਤਲਬ ਇੱਥੇ ਡਿਸਟ੍ਰਿਕਟ ਦੇ ਵਿੱਚ, ਉੱਥੇ ਉਹਨਾਂ ਨੇ ਕੋਈ ਦਰਖਾਸਤ ਲਾਤੀ ਜਾਂ ਉੱਥੇ ਕੇਸ ਫਾਈਲ ਕਰਤਾ। ਉਹਦੇ ਸੰਬੰਧ ਦੇ ਵਿੱਚ ਮਤਲਬ ਇਹ ਜਿਹੜਾ ਜਗਸੀਰ ਸਿੰਘ ਪਟਵਾਰੀ ਸੀਗਾ ਉਹਦੇ ਮਤਲਬ ਉਹ ਕੇਸ ਨੂੰ ਕਲੀਅਰ ਕਰਾਉਣ ਵਾਸਤੇ ਉਹਨੇ 52,000 ਰੁਪਇਆ ਮਤਲਬ ਰਿਸ਼ਵਤ ਲਿੱਤੀ। ਨਹੀਂ, ਉਹ ਕਹਿੰਦੇ ਕੇਸ ਤਾਂ DDPO ਕੋਲ ਸੀਗਾ, ਮੰਗੀ ਰਿਸ਼ਵਤ DDPO ਨੇ, ਪਟਵਾਰੀ ਨੇ ਤਾਂ ਪੈਸੇ ਨਹੀਂ ਮੰਗੇ। ਨਹੀਂ ਦੇਖੋ, ਪਟਵਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੋਊਗੀ ਉਹਨਾਂ ਨਾਲ ਆਪਸ ਦੇ ਵਿੱਚ, ਅਤੇ ਉਹਦੇ ਕਹਿਣ ਦੇ ਉੱਤੇ ਹੀ ਮਤਲਬ ਉਹ 52-25,000 ਰੁਪਇਆ ਲੈਣ ਵਾਲੇ ਸੀ। ਕੇਸ ਕੌਣ ਸੋਲਵ ਕਰ ਰਿਹਾ ਸੀ ਜੀ? ਕੇਸ ਤਾਂ DDPO ਸਾਹਿਬ ਕੋਲ ਹੀ ਸੀਗਾ, ਜਿਹਦੀ 18 ਤਰੀਕ ਨੂੰ ਡੇਟ ਲੱਗੀ ਹੋਈ ਸੀ। ਕਲਾਇੰਟ ਨੇ ਕਿਹਾ ਵੀ ਸਮਝੌਤਾ ਹੋ ਚੁੱਕਿਆ ਸੀ, ਸਮਝੌਤਾ ਸੀ ਨਾ ਜਿਹੜਾ ਸਮਝੌਤਾ ਸੀ ਉਹ ਪਿੰਡ ਦੇ ਨਾਲ ਹੋ ਗਿਆ ਸੀ, ਪਿੰਡ ਦੇ ਜਿਹੜੇ ਬੰਦੇ ਸੀ ਹਾਂ ਕੰਪਲੇਟਡ ਨਾਲ, ਉਹਨਾਂ ਨੇ ਉਹ ਸਮਝੌਤੇ ਦੀ ਕਾਪੀ DDPO ਨੂੰ ਦੇ ਵੀ ਦਿੱਤੀ ਸੀਗੀ। ਅਤੇ ਉਹਨਾਂ ਨੇ ਅੱਗੇ ਡੇਟਾਂ ਪਾਉਂਦੇ ਰਹੇ, ਉਹ ਡੇਟਾਂ ਦੇ ਵਿੱਚ ਉਹਨੇ ਜਦੋਂ ਗੱਲਬਾਤ ਕੀਤੀ DDPO DDPO ਸਾਹਿਬ, ਡਿਮਾਂਡ ਤਾਂ ਉਹਨਾਂ ਨੇ ਕੀਤੀ ਹੈ ਨਾ, ਪਰ ਉਹ ਲੈਣ ਇਹ ਪਟਵਾਰੀ ਜਗਸੀਰ ਸਿੰਘ ਆਇਆ ਸੀ ਸਮਾਨ। ਠੀਕ ਹੈ ਠੀਕ ਹੈ। ਇਹ ਇਸ ਟਾਈਮ ਕੇਸ ਜਿਹੜਾ ਰਜਿਸਟਰਡ ਹੈ ਦੋਨੇ ਬੰਦਿਆਂ 'ਤੇ ਹੋ ਚੁੱਕਿਆ। ਜਗਸੀਰ ਸਿੰਘ ਨੂੰ ਅਸੀਂ ਰੈੱਡ ਹੈਂਡਡ ਟਰੈਪ ਕਰਕੇ ਉਹਨੂੰ ਮਤਲਬ ਅਰੈਸਟ ਉਹਦੀ ਪਾ ਲਈ ਹੈ। ਜਿੱਥੋਂ ਤੱਕ DDPO ਸਾਹਿਬ ਦਾ ਸਵਾਲ ਹੈ, ਅਸੀਂ ਉਹਨਾਂ ਨੂੰ ਮਤਲਬ ਪੁੱਛ ਗਿੱਛ ਕਰ ਰਹੇ ਹਾਂ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਤਫਤੀਸ਼ ਇਹ ਸਾਡਾ ਕੋਈ ਕੇਸ ਸੀ ਨਾ ਗੋਬਿੰਦਗੜ੍ਹ ਜੇਜੀਆਂ ਦਾ ਨਾ, ਕੋਈ ਪੰਚਾਇਤੀ ਛੱਪੜ ਸੀਗਾ ਅਤੇ ਉਹ ਅਸੀਂ ਨੇ ਲੀਜ਼ 'ਤੇ ਲੈ ਕੇ ਨਾ ਅਸੀਂ ਪੰਚਾਇਤ ਨੂੰ ਅਤੇ DDPO ਦਫ਼ਤਰ ਨੂੰ ਸੂਚਿਤ ਕਰਤਾ ਲਿਖਤੀ ਰੂਪ ਦੇ ਵਿੱਚ ਵੀ ਇਹਦਾ ਜਿਹੜਾ ਰੈਨੋਵੇਸ਼ਨ ਦਾ ਕੋਈ ਇਹਦਾ ਪਟਾਈ ਦਾ ਕੰਮ ਕਰਨ, ਜਦੋਂ ਪੰਚਾਇਤ ਨੇ ਨਹੀਂ ਕੀਤਾ ਅਤੇ ਅਸੀਂ ਆਪਣੇ ਤੌਰ 'ਤੇ ਕਰ ਲਿਆ, ਜਿਹੜਾ ਵੀ ਉਹ 'ਤੇ 10-12 ਲੱਖ ਰੁਪਇਆ ਖਰਚ ਹੋਇਆ ਉਹ ਅਸੀਂ ਨੇ ਆਪਣੇ ਕੋਲੋਂ ਕੀਤਾ।
ਅਤੇ ਉਸ ਤੋਂ ਬਾਅਦ ਕੁਛ ਕੁ ਬੰਦਿਆਂ ਨੇ ਇਹਦੀ ਕੰਪਲੇਂਟ ਆ ਜਿਹੜੀ ਡੀ ਡੀ ਪੀ ਓ ਸਾਹਿਬ ਕੋਲ ਪਾਤੀ ਅਤੇ ਜਿਸ ਦਿਨ ਕੰਪਲੇਂਟ ਪਾਈ ਉਸ ਤੋਂ ਤੀਸਰੇ ਦਿਨ ਉਹ ਪਾਰਟੀ ਸਾਡੇ ਨਾਲ ਕੰਪਰੋਮਾਈਜ਼ ਕਰ ਗਈ। ਪਿੰਡ ਦੇ ਲੋਕਾਂ ਨੇ ਜਦੋਂ ਉੱਥੇ ਉਹਨਾਂ ਨੂੰ ਪੁੱਛਿਆ ਵੀ ਐਂ ਕਰਕੇ ਵੀ ਇਹਨਾਂ ਨੇ ਚੰਗਾ ਕੰਮ ਕੀਤਾ ਵੀ ਤੁਸੀਂ ਇਹਨਾਂ ਦੀ ਕੰਪਲੇਂਟ ਕਿਉਂ ਕਰ ਰਹੇ ਹੋ, ਤਾਂ ਉਹ ਕਹਿੰਦੇ ਵੀ ਸਾਤੋਂ ਤਾਂ ਐਂ ਹੋ ਗਿਆ ਜੀ, ਆਹ ਹੋ ਗਿਆ ਜੀ। ਉਹਨੇ ਕਹਿਤਾ ਹੈ ਨਾ ਵੀ ਸਰਕਾਰ ਦੇਖੋ ਕਰੋੜਾਂ ਰੁਪਈਆ ਲਾ ਕੇ ਇਹੋ ਜਿਹੇ ਪ੍ਰੋਜੈਕਟ ਤਿਆਰ ਕਰਵਾ ਰਹੀ ਹੈ, ਅਸੀਂ ਸਿਰਫ ਉਹ 12 ਲੱਖ ਰੁਪਈਏ ਦੇ ਵਿੱਚ ਤਿਆਰ ਕੀਤਾ ਜੋ ਸਰਕਾਰ 1 ਕਰੋੜ ਰੁਪਈਏ ਵਿੱਚ ਕਰਦੀ ਆ, ਅਤੇ ਵੀ ਅਸੀਂ ਵਧੀਆ ਕੰਮ ਕੀਤਾ ਸਰ। ਵੀ ਐਂ ਕਰਕੇ ਵੀ ਜਿਹੜੀ ਕੰਪਲੇਂਟ ਆ ਉਹ ਬੰਦਾ ਵਾਪਸ ਲੈ ਗਿਆ, 500 ਰੁਪਏ ਦੇ ਸਟਾਮ 'ਤੇ ਸਾਡੇ ਨਾਲ ਕੰਪਰੋਮਾਈਜ਼ ਕਰ ਗਿਆ, ਵੀ ਐਂ ਕਰਕੇ ਅਸੀਂ ਆਹ ਕੀਤਾ ਜੀ। ਡੀ ਡੀ ਪੀ ਓ ਸਾਹਿਬ ਨੇ ਇਹ ਆਖਿਆ ਸੀਗਾ ਵੀ ਤੁਸੀਂ ਇਹ ਜਗਸੀਰ ਸਿੰਘ ਨਾਲ ਗੱਲ ਕਰ ਲਓ ਜਿਹੜਾ ਪਟਵਾਰੀ ਆ। ਅੱਛਾ, ਹਾਂਜੀ ਹਾਂ, ਵੀ ਕੰਮ ਤੁਹਾਡਾ ਹੋ ਜੂਗਾ। ਵੀ ਡਿਮਾਂਡ ਤੁਸੀਂ ਹੁਣ ਕਿਹਨੂੰ ਮੰਨਦੇ ਹੋ, ਪਟਵਾਰੀ ਨੂੰ ਦੋਸ਼ੀ ਮੰਨਦੇ ਹੋ, ਡੀ ਡੀ ਪੀ ਓ ਨੂੰ ਮੰਨਦੇ ਹੋ? ਦੇਖੋ ਜੀ ਸਹੀ ਮਿਹਨਤ ਡੀ ਡੀ ਪੀ ਓ ਸਾਹਿਬ ਦੋਸ਼ੀ ਨੇ, ਦੇਖੋ ਪਾਰਟੀ ਸਾਡੇ ਨਾਲ ਕੰਪਰੋਮਾਈਜ਼ ਕਰ ਗਈ, ਪਾਰਟੀ ਸਾਡੇ ਨਾਲ ਕੰਪਰੋਮਾਈਜ਼ ਕਰ ਗਈ, ਅਤੇ ਫਿਰ ਵੀ ਉਹਨਾਂ ਨੇ ਸਾਡਾ ਫੈਸਲਾ ਚਾਹੇ ਸਾਡੇ ਅੰਗੇਸ਼ਟ ਦੇ ਦਿੰਦੇ, ਹੈ ਨਾ, ਇੱਕ ਤਾਂ ਕਰੋਨਾ ਦੀ ਮਹਾਂਮਾਰੀ ਚੱਲ ਰਹੀ ਆ, ਹੈ ਨਾ, ਵੀ ਜੇ ਸਾਡੇ ਵਿੱਚ ਨੁਕਸ ਹੀ ਅਸੀਂ ਗਲਤ ਕੀਤਾ ਤਾਂ ਸਾਡੇ ਖਿਲਾਫ਼ ਫੈਸਲਾ ਦੇ ਦਾਂ, ਸਾਨੂੰ ਕੋਈ ਦੁੱਖ ਨਹੀਂ ਹੈਗਾ। ਪਰ ਸਾਨੂੰ ਦੁੱਖ ਉੱਥੇ ਆਉਂਦਾ ਵੀ ਜਿਹੜਾ ਸਰਕਾਰ ਕੰਮ ਕਰੋੜਾਂ ਰੁਪਈਆਂ ਦੇ ਵਿੱਚ ਕਰਾ ਰਹੀ ਆ, ਵੀ ਅਸੀਂ ਉਹ 12 ਲੱਖ ਰੁਪਈਏ ਵਿੱਚ ਕਰ ਦਿਖਾਇਆ, ਹੈ ਨਾ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਟੀਵੀ ਐਨ ਆਰ ਆਈ।